ਨਰਾਇਣ ਹੋਮਿਓਪੈਥੀ ਵਲਟੋਆ ਦੀ ਇੱਕ ਬ੍ਰਾਂਚ ਦੀ ਹੋਈ ਆਰੰਭਤਾ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗਾਂ ਉਪਰੰਤ ਬ੍ਰਾਂਚ ਦਾ ਉਦਘਾਟਨ ਕੀਤਾ ਗਿਆ। ਇਹ ਬ੍ਰਾਂਚ ਤਰਨ ਤਾਰਨ ਦੇ ਕਸਬਾ ਗੱਗੋ ਬੂਹਾ ਦੇ ਮੇਨ ਅੱਡੇ ਵਿੱਚ ਖੋਲ੍ਹੀ ਗਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਰਾਇਣ ਹੋਮਿਓਪੈਥੀ ਦੇ ਮਾਲਕ ਡਾਕਟਰ ਨਰਾਇਣ ਸਿੰਘ ਨੇ ਦੱਸਿਆ ਕਿ ਇਹ ਇਸ ਇਲਾਕੇ ਲਈ ਬੜੀ ਵੱਡੀ ਕਲੀਨਿਕ ਹੈ, ਜਿਸ ਦੇ ਵਿੱਚ ਹਰ ਬਿਮਾਰੀ ਦਾ ਇਲਾਜ ਬੜੀ ਤਸੱਲੀ ਨਾਲ ਕੀਤਾ ਜਾਂਦਾ ਹੈ ਅਤੇ ਮਰੀਜ਼ ਵੀ ਕਾਫੀ ਇਸ ਇਲਾਜ ਤੋਂ ਖੁਸ਼ ਹਨ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਇਲਾਕੇ ਨੂੰ ਬੜੀ ਵੱਡੀ ਸਹੂਲਤ ਹੋ ਜਾਏਗੀ ਇਸ ਬ੍ਰਾਂਚ ਖੁੱਲ੍ਹਣ ਨਾਲ। ਅੰਮ੍ਰਿਤਸਰ ਅਤੇ ਗੱਗੋ ਬੂਹੇ ਦੇ ਆਸ ਪਾਸ ਦੇ ਪਿੰਡ ਇਸ ਬ੍ਰਾਂਚ ਵਿੱਚ ਐਤਵਾਰ ਨੂੰ ਆ ਕੇ ਆਪਣਾ ਟ੍ਰੀਟਮੈਂਟ ਅਤੇ ਡਾਕਟਰ ਨੂੰ ਮਿਲ ਸਕਦੇ ਹਨ। ਇਸ ਮੌਕੇ ਡਾਕਟਰ ਸਾਹਿਬ ਦਾ ਕੀ ਹੈ ਕਹਿਣਾ, ਤੁਸੀਂ ਵੀ ਸੁਣੋ। ਭਾਈ ਮੇਰਾ ਨਾਮ ਡਾਕਟਰ ਨਰਾਇਣ ਸਿੰਘ ਜੀ। ਅੱਜ ਭਾਜੀ ਆਪਾਂ ਅੱਡਾ ਗੱਗੋ ਬੂਹਾ ਦੇ ਵਿੱਚ ਆਪਣੀ ਇੱਕ ਬ੍ਰਾਂਚ ਓਪਨ ਕੀਤੀ ਆ ਡਾਕਟਰ ਨਰਾਇਣ ਹੋਮਿਓਪੈਥੀ ਕਲੀਨਿਕ, ਕਿਉਂਕਿ ਇਸ ਏਰੀਏ ਦੇ ਵਿੱਚ ਭਾਰੀ ਡਿਮਾਂਡ ਸੀਗੀ ਕਿ ਸਾਨੂੰ ਵਲਟੋਏ, ਕਿਉਂਕਿ ਆਪਣੀ ਮੇਨ ਇੱਕ ਬ੍ਰਾਂਚ ਵਲਟੋਏ ਆਲਰੇਡੀ ਚੱਲ ਰਹੀ ਆ, ਪਰ ਇਸ ਏਰੀਏ ਦੀ ਡਿਮਾਂਡ ਸੀਗੀ ਕਿ ਸਾਨੂੰ ਇਹ ਵਲਟੋਆ ਬਹੁਤ ਜ਼ਿਆਦਾ ਦੂਰ ਪੈਂਦਾ ਵਾ ਅਤੇ ਤੁਸੀਂ ਸਾਡੇ ਏਰੀਏ ਦੇ ਵਿੱਚ ਇੱਕ ਬ੍ਰਾਂਚ ਖੋਲ੍ਹੋ ਅਤੇ ਅੱਜ ਆਪਾਂ ਉਹ ਬ੍ਰਾਂਚ ਖੋਲ੍ਹ ਕੇ ਅੱਜ ਉਹਦਾ ਉਦਘਾਟਨ ਕੀਤਾ ਜਾ ਰਿਹਾ ਜੀ। ਇਸ ਬ੍ਰਾਂਚ ਦੇ ਵਿੱਚ ਭਾਜੀ ਤੁਹਾਨੂੰ ਸਾਰੀਆਂ ਹੀ ਹੋਮਿਓਪੈਥਿਕ ਦਵਾਈਆਂ, ਹਰੇਕ ਤਰ੍ਹਾਂ ਦੀ ਹੋਮਿਓਪੈਥਿਕ ਦਵਾਈ, ਫਾਰਮੈਸੀ ਦੀਆਂ ਦਵਾਈਆਂ ਸਾਰੀਆਂ ਹੀ ਮਿਲਣਗੀਆਂ ਜੀ। ਇਹਦਾ ਭਾਜੀ ਇੱਕ ਹਲਦੀ ਘੜੀ ਅਸੀਂ ਇੱਕ ਦਿਨ ਰੱਖਿਆ, ਐਤਵਾਰ ਦਾ ਦਿਨ ਰੱਖਿਆ, ਸਵੇਰੇ 10 ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਓਪੀਡੀ ਰੱਖੀ ਹੋਈ ਆ। ਬਾਕੀ ਲੋਕਾਂ ਦੀ ਡਿਮਾਂਡ ਦੇ ਅਨੁਸਾਰ ਜਿਹੜੇ ਦਿਨ ਆ ਹੋਰ ਵੀ ਵਧਾਏ ਜਾ ਸਕਦੇ ਆ। ਬਾਕੀ ਕਲੀਨਿਕ ਜਿਹੜਾ ਵਾ ਉਹ ਰੋਜ਼ ਹੀ ਖੁੱਲੇਗਾ, ਸਿਰਫ ਵੀਰਵਾਰ ਹੀ ਛੁੱਟੀ ਹੋਊਗੀ, ਬਾਕੀ ਸਾਰੇ ਦਿਨ ਕਲੀਨਿਕ ਓਪਨ ਹੀ ਰਹੇਗਾ। ਇਹਦੀ ਐਡਰੈਸ ਭਾਜੀ ਮੇਨ ਰੋਡ ਤੇ ਆ, ਭਿੱਖੀਵਿੰਡ ਰੋਡ ਅੱਡਾ ਗੱਗੋ ਬੂਹਾ, ਮੇਨ ਰੋਡ ਦੇ ਉੱਪਰ ਹੀ ਕਲੀਨਿਕ ਹੈ ਆਪਣਾ ਮੇਨ ਡਾਕਟਰ। ਸੋ